ਨੰਗਲ ਸ਼ਹਿਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਚੰਡੀਗੜ੍ਹ ਤੋਂ ਉਨਾ ਜਾਣ ਵਾਲੀ ਟ੍ਰੈਫਿਕ ਨੰਗਲ ਸ਼ਹਿਰ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ, ਜਿਸ ਦੇ ਚੱਲਦਿਆਂ ਨੰਗਲ ਡੈਮ ਦੇ ਉੱਤੇ ਕਈ ਕਿਲੋਮੀਟਰ ਤੱਕ ਲੰਬੇ ਜਾਮ ਲੱਗ ਜਾਂਦੇ ਹਨ। ਹਾਲਾਂਕਿ ਨੰਗਲ ਸ਼ਹਿਰ ਦੇ ਵਿੱਚ ਬੀਤੀਆਂ ਸਰਕਾਰਾਂ ਨੇ ਫਲਾਈਓਵਰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਾਈ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਫਲਾਈਓਵਰ ਦਾ ਕੰਮ ਨੇਪਰੇ ਨਹੀਂ ਚੜ ਸਕਿਆ, ਜਿਸ ਦੇ ਚੱਲਦਿਆਂ ਟ੍ਰੈਫਿਕ ਦੀ ਸਮੱਸਿਆ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ। ਇਸ ਰਾਹ 'ਤੇ ਬਣੇ ਰੇਲਵੇ ਫਾਟਕ ਬੰਦ ਹੋਣ ਦੇ ਸਮੇਂ ਟ੍ਰੈਫਿਕ ਜਾਮ ਕਈ ਕਿਲੋਮੀਟਰ ਦੂਰ ਤੱਕ ਪਹੁੰਚ ਜਾਂਦਾ ਹੈ ਅਤੇ ਕਈ ਘੰਟੇ ਲੋਕਾਂ ਨੂੰ ਜਾਮ ਦੇ ਵਿੱਚ ਫਸੇ ਰਹਿਣਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਜਦੋਂ ਤੱਕ ਫਲਾਈਓਵਰ ਦਾ ਕੰਮ ਪੂਰਾ ਨਹੀਂ ਹੁੰਦਾ ਉਦੋਂ ਤੱਕ ਕੋਈ ਆਰਜ਼ੀ ਰਸਤੇ ਦਾ ਪ੍ਰਬੰਧ ਕੀਤਾ ਜਾਵੇ। ਨੰਗਲ ਸ਼ਹਿਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਸੰਬੰਧੀ ਆਮ ਲੋਕਾਂ ਨੇ ਗੱਲਬਾਤ ਦੌਰਾਨ ਕੀ ਕਿਹਾ, ਆਓ ਸੁਣਦੇ ਹਾਂ। ਜਦੋਂ ਇਸ ਮਾਮਲੇ ਸੰਬੰਧੀ ਤਹਿਸੀਲਦਾਰ ਨੰਗਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ, ਆਓ ਸੁਣਦੇ ਹਾਂ। ਨੰਗਲ ਤੋਂ LBS ਨਿਊਜ਼ ਦੇ ਲਈ MK ਸ਼ਰਮਾ ਦੀ ਰਿਪੋਰਟ। ਕਦੋਂ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਫਲਾਈਓਵਰ ਨੂੰ ਛੇਤੀ ਤੋਂ ਛੇਤੀ ਖਤਮ ਕਰਵਾ ਕੇ ਇਹਦਾ ਕੰਮ ਕੰਪਲੀਟ ਕਰਵਾ ਕੇ ਤਾਂ ਕਿ ਲੋਕਾਂ ਨੂੰ ਆਮ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਕਰਨਾ ਪਵੇ। ਸਮੇਂ ਸਿਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬੁਲਾ ਕੇ, ਕੰਪਨੀ ਵੱਲੋਂ, ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾ ਰਹੀਆਂ ਹੈ ਕਿ ਵੀ ਇਹਨੂੰ ਛੇਤੀ ਤੋਂ ਛੇਤੀ ਫਿਨਿਸ਼ ਕਰ ਕੀਤਾ ਜਾਵੇ। ਬਾਕੀ ਇਸ ਤਰ੍ਹਾਂ ਹੈ ਕਿ ਜਿੱਦਾਂ ਹੀ ਕੋਈ ਅਪਡੇਟ ਆਏਗਾ ਤਾਂ ਉਹ ਅਸੀਂ ਪਬਲਿਕ ਤੱਕ ਪਹੁੰਚਾ ਦੇਵਾਂਗੇ। ਥੈਂਕ ਯੂ। ਲੱਗਾ ਦਾ ਕੰਮ ਤਾਂ ਇੱਕ ਤਾਂ ਹਿਮਾਚਲ ਦੇ ਬੰਦੇ ਆਉਂਦੇ ਉਹ ਬਾਏ ਡੈਮ ਹੋ ਕੇ ਜਾਂਦੇ, ਜਦ ਕਿ ਉਹਨਾਂ ਬਾਹਰਲੇ ਪਾਸੇ ਰਸਤਾ ਨਹੀਂ ਬਣਾ ਦਿੱਤਾ ਬਾਏ ਭਲਾਣ ਹੋ ਕੇ। ਇੱਕ ਤਾਂ ਇਹ ਕਾਰਨ ਹੋ ਗਿਆ ਜੀ, ਇੱਕ ਵੱਡੀ ਗੱਡੀਆਂ ਕਾਰਨ, ਠੀਕ ਹੈ ਜੀ। ਇੱਕੋ ਰਸਤਾ ਹੈ ਨੰਗਲ ਸ਼ਹਿਰ ਨੂੰ ਜਾਣ ਨੂੰ, ਬਾਕੀ ਕੋਈ ਰਸਤਾ ਨਹੀਂ ਹੈ। ਇਹਦੇ ਇਹਦਾ ਕੋਈ ਹੱਲ ਐਸਾ ਕੱਢਿਆ ਜਾਵੇ ਜਿੰਦਾ ਪਹਿਲਾਂ ਬਰਾਰੀ 'ਚ ਰਸਤਾ ਬਣਾਇਆ ਤਾ, ਇਹਦੇ ਕੋਈ ਆਰਜੀ ਬਣਾਇਆ ਜਾਵੇ, ਕੁਛ ਕੀਤਾ ਜਾਵੇ ਤਾਂ ਕਿ ਨੰਗਲ 'ਚ ਟ੍ਰੈਫਿਕ ਜਿਹੜਾ ਹੈ ਘੱਟ ਹੋ ਸਕੇ। ਕੋਈ PGI ਚੱਲਿਆ ਵਾ, ਕੋਈ ਬਿਮਾਰ ਬੰਦਾ ਚੱਲਿਆ ਵਾ, ਟ੍ਰੈਫਿਕ 'ਚ ਫਸ ਗਿਆ, ਅਗਲਾ ਜੇ ਕਿ ਜਾਨ ਚੱਲ ਜਾਵੇ ਕਿਆ ਫਾਇਦਾ, ਠੀਕ ਹੈ। ਐਸੀ ਮੈਂ ਤਾਂ ਰਿਕੁਐਸਟ ਕਰਦਾ ਸਾਰੇ ਜਿਹੜੇ ਹਿਮਾਚਲ ਮੇਰੇ ਭਾਈਚਾਰਾ ਆਉਂਦਾ ਕਿ ਜਦ ਤੁਹਾਨੂੰ ਡੈਮ ਤੋਂ ਬਾਏ ਭਲਾਣ ਰਸਤਾ ਹੈ ਤਾਂ ਉੱਧਰ ਨਿਕਲ ਜਾਓ। ਜੇ ਤੁਹਾਨੂੰ ਕੋਈ ਜਿਹਨੇ ਕੋਈ ਪ੍ਰੋਬਲਮ ਹੈ, ਕੋਈ PGI ਤੋਂ ਜਾਂਦਾ ਬਾਏ ਉੱਧਰ ਨਿਕਲ ਜਾਓ। ਇਸ ਨੰਗਲ ਵਾਸਤੇ ਓਨਲੀ ਫੋਰ ਨੰਗਲ ਵਾਲੇ ਜਿਹੜੇ ਬੰਦੇ ਆ ਉਹਨਾਂ ਵਾਸਤੇ ਹੈ, ਕਿਉਂਕਿ ਉਹ ਵੀ ਆ ਕੇ ਫਸ ਜਾਂਦੇ ਵਿਚਾਰੇ, ਜਿਹਨੇ ਹਿਮਾਚਲ ਤੋਂ ਆਉਣਾ ਉਹ ਵੀ ਵਿਚਾਰੇ ਫਸ ਜਾਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਬਾਏ ਡੈਮ ਪਰ ਰਸਤਾ ਲਾਇਆ ਵਾ, ਉੱਥੇ ਬਾਏ ਨਿਕਲ ਜਾਣਾ ਨਾ, ਉਹਨਾਂ ਪ੍ਰੋਬਲਮ ਨਾਲ ਸਾਡੇ ਨੰਗਲ ਵਾਸੀ ਨੂੰ ਪ੍ਰੋਬਲਮ ਆਉਣੀ। ਲੋਕ ਕਾਫੀ ਕਈ ਕਿਲੋਮੀਟਰ ਲੰਬਾ ਜਾਮ ਲੱਗਦਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜਿਹੜਾ ਨੰਗਲ ਸ਼ਹਿਰ ਹੈ ਇੱਕ ਟ੍ਰੈਫਿਕ ਦੀ ਵਜ੍ਹਾ ਕਰਕੇ ਬਹੁਤ ਪਿਛੜ ਗਿਆ। ਜਿਹੜੇ ਆਲੇ ਦੁਆਲੇ ਪਿੰਡਾਂ ਦੇ ਲੋਕ ਹੈ ਉਹ ਨੰਗਲ ਸ਼ਹਿਰ ਨਾਲ ਟੱਚ ਨਹੀਂ ਹੋ ਰਹੇ, ਜਿਸ ਕਰਕੇ ਇੱਕ ਤਾਂ ਇੱਥੇ ਟ੍ਰੈਫਿਕ ਦੀ ਸਮੱਸਿਆ ਤਾਂ ਹੈ ਅਤੇ ਜਿਹੜਾ ਰੁਜ਼ਗਾਰ ਦਾ ਸਾਧਨ ਉਹ ਵੀ ਖਤਮ ਹੋ ਰਿਹਾ। ਇੱਕ ਇਹਨਾਂ ਨੇ ਅਲਟੀਨੇਟਰ ਹੱਲ ਕਰਕੇ ਦਰਿਆ ਦੇ ਵਿੱਚ ਪੁਲ ਵੀ ਬਣਾਇਆ ਸੀ, ਪਰ ਜਿਹੜਾ ਹੁਣ ਪਾਣੀ ਦਾ ਵਹਾਅ ਜਿਹੜਾ ਉਹਨਾਂ ਨੇ ਪਾਣੀ ਛੱਡਿਆ ਡੈਮ ਤੋਂ, ਉਹ ਪੁਲ ਵੀ ਹੜ ਗਿਆ ਅਤੇ ਲਗਾਤਾਰ ਸਮੱਸਿਆ ਪ੍ਰਤੀ ਦਿਨ ਵਾਧਾ ਹੋ ਰਿਹਾ। ਜੇ ਅਸੀਂ ਖਾਸ ਕਰ ਗੱਲ ਕਰੀਏ ਸਕੂਲ 'ਚ ਆਉਣ ਜਾਣ ਵਾਲੇ ਬੱਚਿਆਂ ਦੀਆਂ ਵੈਨਾਂ ਜਾਂ ਬੱਚੇ ਜਿਹੜੇ ਆ ਰਹੇ ਆ ਉਹਨਾਂ ਨੂੰ ਲਗਾਤਾਰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਘੰਟੇ ਵਧੀ ਜਾਮ ਲੱਗਦਾ। ਮੈਂ ਖੁਦ ਲਗਾਤਾਰ ਆਉਣਾ ਜਾਣਾ ਜਿਹੜਾ ਸਾਡਾ ਰਹਿੰਦਾ ਹੀ ਹੈ ਅਤੇ ਘੰਟਾ ਘੰਟਾ ਮੈਂ ਅਸੀਂ ਕਾਰ ਨਹੀਂ ਲੈ ਕੇ ਚੱਲਦੇ, ਅਸੀਂ ਆਪਣੇ ਵਹੀਕਲ ਨੂੰ ਅਤੇ ਮੋਟਰਸਾਈਕਲ ਦੇ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਮੋਟਰਸਾਈਕਲ ਦੇ, ਵੈਸੇ ਤਾਂ ਇਗਨੋਰ ਕਰੀਦਾ ਨਾ ਆ ਜਾਈਏ, ਪਰ ਜੇ ਜਾਣਾ ਪੈ ਜਾਵੇ ਤਾਂ ਮੋਟਰਸਾਈਕਲ ਦੀ ਵਰਤੋਂ ਕਰੀਦੀ। ਪਰ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਹ ਲਗਾਤਾਰ ਜਿਹੜੀ ਹੈ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ। ਪਰ ਜਿਹੜਾ ਆਰਜ਼ੀ ਤੌਰ 'ਤੇ ਪੁਲ ਵੀ ਬਣਾਇਆ ਉਹਦੇ ਹੜਨ ਦੇ ਨਾਲ ਜਿਹੜੀਆਂ ਵੱਡੀਆਂ ਗੱਡੀਆਂ ਦਾ ਆਉਣਾ ਜਾਣਾ ਸੀ ਉਹ ਬਿਲਕੁਲ ਬੰਦ ਹੋ ਗਿਆ। ਜਿਵੇਂ ਹੁਣ ਕਿਸੇ ਨੂੰ ਕੋਈ ਐਮਰਜੈਂਸੀ ਪੈ ਗਈ ਐਂਬੂਲੈਂਸ, ਪਰ ਦੋ ਦੋ ਘੰਟੇ ਹੂਟਰੇ ਵੱਜੀ ਜਾਂਦੇ ਜਾਂ ਰਸਤਾ ਹੀ ਨਹੀਂ ਨਿਕਲਣਾ ਕਿੱਥੇ ਤੇ ਐਂਬੂਲੈਂਸ ਨੂੰ, ਜਾਂ ਤਾਂ ਫਿਰ ਬਾਇਆ ਨੂਰਪ ਬੇਦੀ ਝੱਜ ਚੌਂਕ ਹੋ ਕੇ ਜਾਣਾ ਪਵੇ ਜਾਂ ਫਿਰ ਐਸੇ ਦੋ ਘੰਟੇ ਇੱਥੇ ਮਰੀਜ਼ ਨੂੰ ਤੜਫਾਉਣਾ ਪਵੇ। ਮੈਂ ਸਮੁੱਚੇ ਜਿਹੜੇ ਨੰਗਲ ਸ਼ਹਿਰ 'ਚੋਂ ਹੋ ਕੇ ਜਾਂ ਉਨੇ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਜਿਵੇਂ ਬਾਬਾ ਬਾਲਕ ਨਾਥ ਚਿੰਤਪੁਰਨੀ ਵਾਲੇ ਜਾਣ ਵਾਲੇ, ਉਹਨਾਂ ਨੂੰ ਖਾਸ ਤੌਰ 'ਤੇ ਅਪੀਲ ਕਰਦਾ ਹੈ ਵੀ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਤੋਂ ਜਾਂ ਬੁੰਗੇ ਮੋੜ ਤੋਂ ਸਿੱਧਾ ਹੀ ਉਨੇ ਲਈ ਨਿਕਲ ਜਾਣ ਤਾਂ ਕਿ ਜਿਹੜਾ ਘੰਟਿਆਂ ਵਧੀ ਜਿਹੜਾ ਜਾਮ ਲੱਗਦਾ ਉਹ ਤੋਂ ਜਿਹੜਾ ਨੰਗਲ ਵਾਸੀਆਂ ਨੂੰ ਖਾਸ ਤੌਰ 'ਤੇ ਨਜ਼ਾਕਤ ਤੋਂ ਮੁਕਤੀ ਮਿਲ ਸਕੇ। ਇਹ ਇੱਕ ਨਾ ਦਰਦ ਦਾ ਜਿਹੜਾ ਬਹੁਤ ਵੱਡਾ ਹੈ, ਇਹਨੂੰ ਸੰਤਾਪ ਭੋਗ ਰਿਹਾ, ਇਹਨੂੰ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਬੇਨਤੀ ਹੱਲ ਕੀਤਾ ਜਾਵੇ।